ਸਰਦਾਰ ਭਗਤ ਸਿੰਘ ਦੀ ਬਾਇਓਗ੍ਰਾਫੀ ਜਾਣਨ ਲਈ ਬਣੇ ਰਹੋ ਆਪਣੇ ਚੈਨਲ 'ਤੇ। ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਜੱਦੀ ਪਿੰਡ ਖੜਕ ਕਲਾਂ, ਜ਼ਿਲ੍ਹਾ ਨਵਾਂ ਸ਼ਹਿਰ, ਜੋ ਇਸ ਸਮੇਂ ਪੰਜਾਬ ਵਿੱਚ ਸਥਿਤ। ਆਪ ਜੀ ਦੇ ਪਿਤਾ ਦਾ ਨਾਮ ਕ੍ਰਿਸ਼ਨ ਸਿੰਘ ਤੇ ਮਾਤਾ ਦਾ ਨਾਮ ਵਿਦਿਆ ਕੌਰ ਜੱਟ ਸਿੱਖ ਫੈਮਿਲੀ ਨਾਲ ਸੰਬੰਧਿਤ ਸਨ। ਸ਼ਹੀਦ ਭਗਤ ਸਿੰਘ ਜੀ ਦਾ ਪਰਿਵਾਰ ਉਹਨਾਂ ਨੂੰ ਭਾਗਾਂ ਵਾਲਾ ਮੰਨਦਾ ਹੈ, ਕਿਉਂਕਿ ਜਿਸ ਦਿਨ ਭਗਤ ਸਿੰਘ ਜੀ ਦਾ ਜਨਮ ਹੋਇਆ ਉਹਨਾਂ ਦੇ ਦੋ ਚਾਚੇ ਅਜੀਤ ਸਿੰਘ ਤੇ ਸਰਬਣ ਸਿੰਘ ਉਸ ਦਿਨ ਹੀ ਜੇਲ੍ਹ ਤੋਂ ਰਿਹਾਈ ਹੋਏ। ਆਪ ਦੇ ਵਡੇਰੇ ਆਜ਼ਾਦੀ ਲਹਿਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੰਮ ਕਰਦੇ ਰਹੇ ਤੇ ਆਪ ਜੀ ਦੇ ਪਿਤਾ ਵੀ ਗਦਰ ਪਾਰਟੀ ਨਾਲ ਸੰਬੰਧਿਤ ਸਨ। ਇਹ ਕਿਹਾ ਜਾ ਸਕਦਾ ਹੈ ਕਿ ਜਨਮ ਤੋਂ ਹੀ ਆਪ ਦੇ ਖੂਨ ਵਿੱਚ ਦੇਸ਼ ਭਗਤੀ ਵਾਲੇ ਅੰਸ਼ ਮੌਜੂਦ ਸਨ। ਇਸ ਦੀ ਇੱਕ ਉਦਾਹਰਣ ਹੈ, ਜਦੋਂ ਆਪ ਜੀ ਆਪਣੇ ਪਿਤਾ ਨਾਲ ਖੇਤਾਂ ਵਿੱਚ ਗਏ ਤਾਂ ਆਪ ਨੇ ਪੁੱਛਿਆ ਵੀ ਤੁਸੀਂ ਇਹ ਬੀਜ ਕਿਉਂ ਬੀਜਦੇ ਹੋ। ਪਿਤਾ ਜੀ ਦੇ ਦੱਸਣ ਤੇ ਪਤਾ ਲੱਗਿਆ ਕਿ ਇਸ ਤੋਂ ਹੀ ਸਾਨੂੰ ਅਨਾਜ ਮਿਲੇਗਾ। ਹੀ ਭਗਤ ਸਿੰਘ ਨੇ ਕਿਹਾ ਕਿ ਆਪਾਂ ਬੰਦੂਕਾਂ ਵੀ ਬੀਜਦੇ ਹਾਂ ਤਾਂ ਜੋ ਵੱਧ ਕੇ ਆਪ ਨੂੰ ਵੱਧ ਬੰਦੂਕਾਂ ਮਿਲਣਗੀਆਂ ਅਤੇ ਆਪਾਂ ਉਹਨਾਂ ਨਾਲ ਦੇਸ਼ ਆਜ਼ਾਦ ਕਰਵਾ ਸਕਦੇ ਹਾਂ। ਉਹਨਾਂ ਦੇ ਪਿਤਾ ਜੀ ਪ੍ਰਭਾਵਿਤ ਅਤੇ ਬਹੁਤ ਖੁਸ਼ ਹੋਏ। ਸਿੱਖਿਆ, ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਹੀ ਆਪ ਜੀ ਦੀ ਸਿੱਖਿਆ ਸ਼ੁਰੂ ਹੋਈ ਅਤੇ DAV ਸਕੂਲ ਤੋਂ ਹਾਈ ਸਕੂਲ ਦੀ ਪ੍ਰੀਖਿਆ ਲਾਹੌਰ ਵਿਖੇ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਆਪ ਕਿਤਾਬਾਂ ਦੇ ਬੜੇ ਸ਼ੌਕੀਨ ਸਨ। ਜਦੋਂ ਜਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਜਿਸ ਵਿੱਚ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ, ਭਗਤ ਸਿੰਘ ਜੀ ਬਹੁਤ ਪ੍ਰਭਾਵਿਤ ਹੋਏ ਅਤੇ 20 ਕਿਲੋਮੀਟਰ ਦੇ ਪੈਦਲ ਤੁਰ ਕੇ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚੇ। ਉੱਥੇ ਨਿਹੱਥੇ ਲੋਕਾਂ ਦੀਆਂ ਲਾਸ਼ਾਂ ਅਤੇ ਗੋਲੀਆਂ ਦੇ ਨਿਸ਼ਾਨ ਦੇਖ ਕੇ ਆਪ ਜੀ ਦਾ ਖੂਨ ਉਬਾਲੇ ਮਾਰਿਆ। ਉਸ ਸਮੇਂ ਆਪ ਕੇਵਲ 12 ਸਾਲ ਦੀ ਉਮਰ ਦੇ ਹੀ। ਇਸੇ ਤਰ੍ਹਾਂ 1921 ਵਿੱਚ ਨਨਕਾਣਾ ਸਾਹਿਬ ਵਿਖੇ ਹੋਏ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ, ਜਿਸ ਦੇ ਖਿਲਾਫ ਤਾਂ ਪ੍ਰਦਰਸ਼ਨਦਾਰੀਆਂ ਵੀ ਕੀਤੀਆਂ ਗਈਆਂ ਅਤੇ ਆਪ ਉੱਥੇ ਸ਼ਾਮਲ ਹੋਏ। ਉਸ ਸਮੇਂ ਮਹਾਤਮਾ ਗਾਂਧੀ ਨੇ ਨਿਮਰਤਨ ਅੰਦੋਲਨ ਸ਼ੁਰੂ ਕੀਤਾ ਕਿ ਜਿਸ ਵਿੱਚ ਜੀ ਸਰਕਾਰ ਦੀਆਂ ਕੋਈ ਵੀ ਵਸਤਾਂ ਨਾ ਪਹਿਨਣੀਆਂ, ਨਾ ਖਾਣੀਆਂ, ਕੋਈ ਵੀ ਵਸਤੂ ਨਾ ਲਏ, ਭਾਰਤ ਦੀਆਂ ਵਸਤਾਂ ਹੀ ਯੂਜ ਕਰਨ। ਉਸ ਸਮੇਂ ਭਗਤ ਸਿੰਘ ਜੀ ਮਹਾਤਮਾ ਗਾਂਧੀ ਨੂੰ ਬਹੁਤ ਮੰਨਦੇ ਸਨ ਅਤੇ ਉਹਨਾਂ ਦੇ ਸਾਰੀਆਂ ਗੱਲਾਂ 'ਤੇ ਚੱਲਦੇ ਹੋਏ ਅੰਗਰੇਜ਼ੀ ਸਰਕਾਰ ਦੀਆਂ ਕਿਤਾਬਾਂ ਤਾਕਾਂ ਨੂੰ ਅੱਗ ਲਾ ਦਿੱਤੀ ਸੀ। ਪਰ ਫਿਰ ਜਦੋਂ ਮਹਾਤਮਾ ਗਾਂਧੀ ਨੇ ਅੰਦੋਲਨ ਤੇਜ਼ ਹੋਇਆ ਤਾਂ ਇਸ ਲਹਿਰ ਵਿੱਚ ਲੜਾਈ ਸ਼ੁਰੂ ਹੋਈ ਤਾਂ ਮਹਾਤਮਾ ਗਾਂਧੀ ਜੀ ਨੇ ਪੈਰ ਪਿੱਛੇ ਕਰ ਲਿਆ ਕਿ ਆਪਾਂ ਸ਼ਾਂਤੀਪੂਰਵ ਹੀ ਆਜ਼ਾਦੀ ਲੈਣੀ ਹੈ, ਨਹੀਂ ਤਾਂ ਨਹੀਂ ਲਵਾਂਗੇ। ਭਗਤ ਸਿੰਘ ਜੀ ਨੇ ਆਪਣਾ ਰੁੱਖ ਬਦਲ ਲਿਆ। ਇਹਨਾਂ ਸਮੇਂ ਵਿੱਚ 1923 ਨੂੰ ਲਾਹੌਰ ਨੈਸ਼ਨਲ ਕਾਲਜ ਵਿੱਚ ਦਾਖਲਾ ਲਿਆ ਅਤੇ ਉੱਥੇ ਆਪ ਜੀ ਆਜ਼ਾਦੀ ਪਰਖੀ ਨਾਟਕਾਂ ਵਿੱਚ ਹਿੱਸਾ ਲੈਂਦੇ ਅਤੇ ਕਈ ਮੁਕਾਬਲੇ ਅਤੇ ਟਰੋਫੀਆਂ ਵੀ ਜਿੱਤੀਆਂ ਅਤੇ 1926 ਵਿੱਚ ਨੌਜਵਾਨ ਭਾਰਤ ਸਭਾ ਲਹਿਰ ਸਥਾਪਿਤ ਕੀਤੀ ਗਈ, ਜਿਸ ਦੇ ਮੇਨ ਲੀਡਰ ਚੰਦਰ ਸ਼ੇਖ ਆਜ਼ਾਦ, ਰਾਮ ਪ੍ਰਸ਼ਾਦ, ਸੁਖਦੇਵ ਆਦਿ ਮੇਨ ਲੀਡਰ ਸਨ, ਜਿਨ੍ਹਾਂ ਦੇ ਨਾਲ ਭਗਤ ਸਿੰਘ ਜੀ ਆ ਰਲੇ। ਫਿਰ ਸ਼ੁਰੂ ਹੋਈ 30 ਅਕਤੂਬਰ 1928 ਨੂੰ ਸੈਮਨ ਵਾਪਸ ਜਾਓ ਲਾਲਾ ਲਾਜਪਤ ਰਾਏ ਜੀ ਦੀ ਦੁਬਾਰਾ ਇੱਕ ਲਹਿਰ, ਜਿਸ ਵਿੱਚ ਅੱਗੇ ਆਏ ਸਰਦਾਰ ਭਗਤ ਸਿੰਘ ਜੀ ਲਾਠੀਚਾਰਜ ਸਮੇਂ ਲਾਲਾ ਲਾਜਪਤ ਰਾਏ ਜੀ ਦੇ ਸਿਰ ਉੱਤੇ ਵੱਜਣ ਕਰਕੇ ਉਹ ਜ਼ਖਮੀ ਹੋ ਗਏ ਅਤੇ ਉਹਨਾਂ ਨੇ ਆਖਰੀ ਸਮੇਂ ਵਿੱਚ ਕਿਹਾ, ਜੋ ਮੇਰੇ ਉੱਤੇ ਲਾਠੀਆਂ ਲੱਗੀਆਂ ਹਨ ਇਹ ਨੌਜਵਾਨਾਂ ਦੇ ਕਿੱਲਾਂ ਦਾ ਕੰਮ ਕਰਨਗੀਆਂ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਰਾਜਗੁਰੂ ਦੇਵ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਕਈ ਕ੍ਰਾਂਤੀਕਾਰੀਆਂ ਨੇ, ਜੋ ਉਸ ਸਮੇਂ ਦਾ ਪੁਲਿਸ ਅਧਿਕਾਰੀ ਸੀ ਸਾਂਡਰਸ, ਨੂੰ ਉਹਨਾਂ ਦੇ ਮੋਟਰਸਾਈਕਲ ਤੇ ਜਾਂਦੇ ਹੀ ਗੋਲੀ ਮਾਰ ਕੇ ਮਾਰ ਦਿੱਤਾ। ਲਾਲਾ ਉਸ ਤੋਂ ਬਾਅਦ DAV ਕਾਲਜ ਤੋਂ ਹੁੰਦੇ ਹੋਏ ਕਲਕੱਤਾ ਵਾਲੀ ਰੇਲ ਗੱਡੀ ਫੜ ਕੇ ਪੁਲਿਸ ਦੇ ਹੱਥ ਨਾ ਆਏ ਅਤੇ ਨਿਕਲ ਗਏ ਅਤੇ ਬਾਅਦ ਵਿੱਚ ਆਪਣੇ ਘਰ ਨੂੰ ਛੱਡਦਿਆਂ ਭਗਤ ਸਿੰਘ ਤੇ ਰਾਜਗੁਰੂ ਨੇ ਆਪਣੇ ਬਾਲ ਤੇ ਦਾੜ੍ਹੀ ਕਟਵਾ ਕੇ ਟੋਪੀ ਪਹਿਨ ਲਈ ਅਤੇ ਭੇਸ਼ ਬਦਲ ਕੇ ਉੱਥੋਂ ਰਵਾਨਾ ਹੁੰਦੇ ਹੋਏ ਲਖਨਊ ਵੱਲ ਰੇਲ ਗੱਡੀ 'ਤੇ ਚਲੇ ਗਏ ਅਤੇ ਫਿਰ 1929 ਨੂੰ ਕੇਂਦਰੀ ਵਿਧਾਨ ਸਭਾ ਵਿੱਚ ਅਸੈਂਬਲੀ ਦੇ ਵਿੱਚ ਖਾਲੀ ਜਗ੍ਹਾ 'ਤੇ ਕੇਸ ਚੱਲਦੇ ਸਮੇਂ ਬੰਬ ਸੁੱਟਿਆ ਗਿਆ, ਜਿਸ ਤੋਂ ਸਾਰੀ ਅਸੈਂਬਲੀ ਧੂੰਆਂ ਤਾਰ ਹੋਈ। ਇਸ ਦਾ ਇੱਕੋ ਕਾਰਨ ਸੀ ਕਿ ਅੰਗਰੇਜ਼ੀ ਸਰਕਾਰ ਦੇ ਸਾਰੇ ਗਲਤ ਕੰਮਾਂ ਦਾ ਸਭ ਨੂੰ ਪਤਾ ਲੱਗ ਗਿਆ। ਸਮੇਂ ਭਗਤ ਸਿੰਘ ਅਤੇ ਬਟੁਏਸ਼ਵਰ ਅਸੈਂਬਲੀ ਵਿੱਚ ਨਾਅਰੇ ਲਾਉਂਦੇ ਹੋਏ ਉੱਥੇ ਹੀ ਗ੍ਰਿਫਤਾਰ ਹੋ ਗਏ। ਅਸੈਂਬਲੀ ਵਿੱਚ ਬੰਬ ਸੁੱਟ ਅਤੇ ਸੈਂਡਰਸ ਦੀ ਮੌਤ ਦੇ ਕਾਂਡ ਕਰਕੇ ਉਹਨਾਂ ਨੂੰ ਉਮਰ ਦੀ ਕੈਦ ਸੁਣਾਈ ਗਈ। ਜੇਲ੍ਹ ਵਿੱਚ ਰਹਿੰਦਿਆਂ ਭਗਤ ਸਿੰਘ ਨੇ ਦੇਖਿਆ ਕਿ ਜਿੱਥੇ ਭਾਰਤੀ ਕੈਦੀਆਂ ਨੂੰ ਤਾਂ ਖਾਣਾ ਵੀ ਚੰਗਾ ਨਹੀਂ ਮਿਲਦਾ ਸੀ, ਉੱਥੇ ਅੰਗਰੇਜ਼ੀ ਕੈਦੀਆਂ ਨੂੰ
ਖਾਣਾ ਤਾਂ ਬਹੁਤ ਚੰਗਾ ਅਤੇ ਨਾਲ ਕਿਤਾਬਾਂ ਪੜ੍ਹਨ ਨੂੰ ਵੀ ਮਿਲਦੀਆਂ ਸਨ। ਤਾਂ ਉਹਨਾਂ ਨੇ ਸੋਚਿਆ ਕਿ ਕਾਨੂੰਨ ਤਾਂ ਹਰ ਇੱਕ ਦੇ ਬਰਾਬਰ ਹੋਣਾ ਚਾਹੀਦਾ ਹੈ। ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭੁੱਖ ਹੜਤਾਲ ਕੀਤੀ, ਜਿਸ ਵਿੱਚ ਅੰਗਰੇਜ਼ੀ ਅਫਸਰਾਂ ਨੇ ਉਹਨਾਂ ਨੂੰ ਬਹੁਤ ਤੰਗ ਕੀਤਾ। ਬਰਫ਼ ਦੀਆਂ ਛਿੱਲੀਆਂ 'ਤੇ ਪਾਉਣਾ ਅਤੇ ਪਾਣੀ ਦੀ ਥਾਂ ਦੁੱਧ ਰੱਖਣਾ ਤਾਂ ਜੋ ਪਿਆਸ ਸਮੇਂ ਉਹ ਆਪਣੇ ਆਪ ਤੰਗ ਹੋ ਕੇ ਭੁੱਖ ਹੜਤਾਲ ਛੱਡ ਦੇਣ। ਪਰ ਹੜਾਤਾਂ ਨਾਲ ਲੜਦੇ ਹੋਏ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ 5 ਅਕਤੂਬਰ 1929 ਨੂੰ ਇਹ ਲਾਗੂ ਕਰਵਾ ਲਿਆ ਕਿ ਭਾਰਤੀ ਅਤੇ ਅੰਗਰੇਜ਼ੀ ਕੈਦੀਆਂ ਨੂੰ ਇੱਕੋ ਜਿਹਾ ਹੀ ਸਮਾਨ ਮਿਲੇਗਾ। 100 ਤੋਂ ਵੱਧ ਕਿਤਾਬਾਂ ਜੇਲ੍ਹ ਵਿੱਚ ਰਹਿੰਦਿਆਂ ਹੀ ਭਗਤ ਸਿੰਘ ਜੀ ਨੇ ਪੜ੍ਹੀਆਂ। 116 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਇਹ ਕਾਨੂੰਨ ਲਾਗੂ ਕੀਤਾ ਗਿਆ ਅਤੇ 7 ਅਕਤੂਬਰ ਨੂੰ ਰਾਜਗੁਰੂ ਸੁਖਦੇਵ ਸਿੰਘ ਅਤੇ ਭਗਤ ਸਿੰਘ ਨੂੰ 24 ਮਾਰਚ 1931 ਨੂੰ ਲਾਹੌਰ ਵਿਖੇ ਫਾਂਸੀ ਦੇਣ ਦੀ ਸਜ਼ਾ ਮਿਲੀ। ਅਤੇ ਦੂਜੇ ਪਾਸੇ ਹਾਲਾਤ ਵਿਗੜਦਿਆਂ ਦੇਖ ਨੌਜਵਾਨਾਂ ਦੀਆਂ ਲਹਿਰਾਂ ਨੂੰ ਦੇਖ ਕੇ 23 ਮਾਰਚ 1931 ਨੂੰ ਲਾਹੌਰ ਵਿਖੇ ਹੀ ਜੋ ਕਿ ਸ਼ਾਮ 7:30 ਵਜੇ ਫਾਂਸੀ ਦਿੱਤੀ ਗਈ। ਅਸਲ ਵਿੱਚ ਫਾਂਸੀ ਸਵੇਰੇ 6 ਵਜੇ ਦਿੱਤੀ ਜਾਂਦੀ ਹੈ। ਇਹ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਸਰਕਾਰ ਦੇ ਮਨ ਅੰਦਰ ਡਰ ਦੇ ਕਾਰਨ ਹੀ ਸ਼ਾਮ ਵੇਲੇ ਹੀ ਫਾਂਸੀ ਦੇ ਦਿੱਤੀ ਗਈ। ਭਗਤ ਸਿੰਘ ਨੇ ਆਖਰੀ ਇੱਛਾ ਦੌਰਾਨ ਲੈਲਣ ਦੀ ਕਿਤਾਬ ਪੜ੍ਹੀ, ਜੋ ਵੀ ਇੱਕ ਕ੍ਰਾਂਤੀਕਾਰੀ ਸਨ। ਤੋਂ ਬਾਅਦ ਫਾਂਸੀ ਸਮੇਂ ਕਿਹਾ ਕਿ ਸਾਡੇ ਹੱਥ ਨਾ ਬੰਨੇ ਜਾਣ ਅਤੇ ਮੂੰਹ 'ਤੇ ਕੱਪੜਾ ਵੀ ਨਾ ਦਿੱਤਾ ਜਾਵੇ। ਵੀ ਮੂੰਹ 'ਤੇ ਤਾਂ ਕੱਪੜਾ ਦਿੱਤਾ ਗਿਆ ਪਰ ਹੱਥ ਨਹੀਂ ਬੰਨੇ ਗਏ ਅਤੇ ਉਹਨਾਂ ਨੂੰ ਫਾਂਸੀ ਦੇ ਫੰਦੇ 'ਤੇ ਚੜ੍ਹਾ ਦਿੱਤਾ। ਦੇਣ ਤੋਂ ਬਾਅਦ ਵੀ ਅੰਗਰੇਜ਼ੀ ਸਰਕਾਰ ਅੰਦਰ ਡਰ ਸੀ ਕਿ ਹੁਣ ਕਿਤੇ ਲੋਕ ਨਾ ਭਟਕ ਜਾਣ। ਸ਼ਾਮ ਵੇਲੇ ਹੀ ਆਪਣੇ ਥਾਣੇ ਦੀ ਕੰਧ ਭੰਨ ਕੇ ਸਤਲੁਜ ਨਦੀ ਵਿੱਚ ਸੁੱਟਣ ਲਈ ਤਿਆਰ ਹੋ ਗਏ। ਲੋਕਾਂ ਨੂੰ ਦੇਖ ਕੇ ਪੁਲਿਸ ਨੇ ਉੱਥੇ ਹੀ ਉਹਨਾਂ ਦੀਆਂ ਲਾਸ਼ਾਂ ਛੱਡ ਦਿੱਤੀਆਂ ਅਤੇ ਬਾਅਦ ਵਿੱਚ ਇਹਨਾਂ ਦਾ ਬੜੇ ਸਤਿਕਾਰ ਨਾਲ ਅੰਤਿਮ ਸੰਸਕਾਰ ਹੋਇਆ। ਇਹ ਸਨ ਸਰਦਾਰ ਭਗਤ ਸਿੰਘ, ਆਜ਼ਾਦੀ ਖਾਤਰ 23 ਸਾਲ ਦੀ ਉਮਰ ਵਿੱਚ ਹੀ ਸ਼ਹੀਦ ਹੋ। ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ।